ਜਦੋਂ ਮੈਂ ਬਾਥਰੂਮ ਕਰਕੇ ਅੰਦਰ ਗੱਡੀ 'ਚ ਬਹਿਣ ਲੱਗਾ ਤੇ ਦੋ ਬੰਦੇ ਆ ਗਏ ਮੇਰੇ ਤੇ, ਉਹਨਾਂ ਨੇ ਕਿਹਾ ਵੀ ਜੋ ਕੁਛ ਹੈਗਾ ਕੱਢ ਦੇ। ਮੈਂ ਤੁਸੀਂ ਭਰਾ ਇੱਦਾਂ ਨਾ ਕਰੋ, ਜੋ ਲੁੱਟਣਾ ਲੁੱਟ ਦਿਓ। ਤੇ ਮੈਂ ਲੋਕ ਖੁੱਲਦਾ ਰਿਹਾ, ਮੇਰੇ ਕੋਲ ਲੋਕ ਖੁੱਲਿਆ ਨਹੀਂ, ਪਰ ਉਹ ਬੰਦੇ ਇੱਕ ਦੀ ਮੌਕੇ ਤੇ ਜਿੱਦਾਂ ਵੀ ਕਹਿੰਦੇ ਮਰ ਗਿਆ, ਮੈਨੂੰ ਨਹੀਂ ਪਤਾ। ਮੈਂ 5 ਚਲਾਈਆਂ ਜੀ। ਹੁਣ ਜੇ ਇਹਦੀ ਜਗ੍ਹਾ ਦੇ ਉੱਤੇ ਕੋਈ ਮਾੜਾ ਬੰਦਾ ਹੁੰਦਾ ਤੇ ਉਹ ਤੇ ਢੇਰੀ ਹੋ ਗਿਆ ਸੀਗਾ, ਜਾਂ ਇਹਨੇ ਵੀ ਢੇਰੀ ਹੋ ਜਾਣਾ ਸੀਗਾ ਉਹਦੇ ਕੋਲੋਂ, ਜੇ ਉਹਨਾਂ ਕੋਲੋਂ ਚੱਲ ਜਾਂਦਾ ਤੇ ਅੱਜ ਜਿੱਥੇ ਉਹ ਲਟੇਰੇ ਦੀ ਡੈੱਡ ਬੋਡੀ ਪਈ ਆ ਉੱਥੇ ਇਹਦੀ ਡੈੱਡ ਬੋਡੀ ਪਈ ਹੋਣੀ ਸੀਗੀ। ਮੈਂ ਵੇਖੋ ਜੀ, ਜੂਲਰੀ ਸ਼ੋਪ ਕਰਦਾ ਪਿੰਡ ਵੱਲੇ 'ਚ, ਤੇ ਮੈਂ ਦੁਕਾਨ ਤੋਂ ਆ ਰਿਹਾ ਸੀ ਤੇ ਇੱਥੇ ਕੁਦਰਤੀ ਬਾਥਰੂਮ ਕਰਕੇ ਮੈਂ ਰੁਕ ਗਿਆ ਇੱਕ ਸੈਕਿੰਡ ਵਾਸਤੇ। ਤੇ ਜਦੋਂ ਮੈਂ ਬਾਥਰੂਮ ਕਰਕੇ ਅੰਦਰ ਗੱਡੀ 'ਚ ਬਹਿਣ ਲੱਗਾ ਤੇ ਦੋ ਬੰਦੇ ਆ ਗਏ ਮੇਰੇ ਤੇ, ਉਹਨਾਂ ਨੇ ਕਿਹਾ ਵੀ ਜੋ ਕੁਛ ਹੈਗਾ ਕੱਢ ਦੇ। ਤੇ ਮੇਰਾ ਵੈਪਨ, ਆਪਣਾ ਲਾਇਸੈਂਸੀ ਸੀਟ ਮੇਰੀ ਤੇ ਪਿਆ ਸੀ, ਮੈਂ ਉਹਦੇ ਫੜ ਕੇ ਉਹਨਾਂ ਨਾਲ ਕੀਤਾ। ਮੈਂ ਕਿਹਾ ਮੈਂ ਤੁਸੀਂ ਭਰਾ ਇੱਦਾਂ ਨਾ ਕਰੋ, ਜੋ ਲੁੱਟ ਦਿਓ। ਤੇ ਮੈਂ ਲੋਕ ਖੁੱਲਦਾ ਰਿਹਾ, ਮੇਰੇ ਕੋਲ ਲੋਕ ਖੁੱਲਿਆ ਨਹੀਂ ਕਿੰਨਾ ਚਿਰ। ਉਹਨਾਂ ਕੋਲ ਦੋਵਾਂ ਕੋਲ ਹਥਿਆਰ ਹੈਗੇ ਸੀ, ਉਹ ਰੱਬ ਵੱਲੋਂ ਹੋਲ ਗਿਆ ਤੇ ਮੈਂ ਉਹਨੂੰ ਠੋਕਦਾ, ਮੈਨੂੰ ਨਹੀਂ ਪਤਾ ਕਿੱਦਾਂ ਠੋਕ ਗਿਆ। ਮੈਂ ਇੰਨਾ ਡਰ ਗਿਆ ਸੀ ਉਦੋਂ, ਮੈਨੂੰ ਕੁਛ ਨਹੀਂ ਸਮਝ ਲੱਗੀ ਕੀ ਬਣਿਆ, ਪਰ ਉਹ ਬੰਦੇ ਇੱਕ ਦੀ ਮੌਕੇ ਤੇ ਜਿੱਦਾਂ ਵੀ ਕਹਿੰਦੇ ਮਰ ਗਿਆ, ਮੈਨੂੰ ਨਹੀਂ ਪਤਾ। ਪਰ ਦੂਜਾ ਬੰਦਾ ਜਿਹੜਾ ਨਾ, ਉਹ ਇੱਧਰੋਂ ਅੱਗੇ ਵਾਲੇ ਬੰਨਿਓ ਖੱਬੇ ਹੱਥ ਭੱਜ ਗਿਆ। ਕਿਹੜੇ ਬੰਨੂ ਗਿਆ ਉਹ? ਨਾਲ ਹੀ ਅਗਲੇ ਬੰਨੇ ਰਸਤਾ ਜਾਂਦਾ, ਉਧਰੋਂ ਮੁੜਿਆ ਤੇ ਸਾਡੇ ਵੱਲੇ ਉਹ ਭਾਜੀ ਇੱਧਰੋਂ ਹਨੇਰੇ 'ਚੋਂ ਨਿਕਲੇ ਆ ਪੈਦਲ ਪੈਦਲ, ਤੇ ਸਾਡੇ ਵੱਲੇ ਤੋਂ ਹੀ ਆ ਰਹੇ। ਮੈਂ ਬੜਿਆਂ ਨੂੰ ਰੋਕਿਆ ਤੇ ਇੱਕ ਵੱਲੇ ਤੋਂ ਸਾਡੇ ਬੜੇ ਮਤਲਬ ਹੈਗੇ ਆ ਜਾਣ ਪਛਾਣ ਵਾਲੇ, ਉਹਨਾਂ ਨੇ ਰੋਕਿਆ ਮੈਨੂੰ, ਕਹਿੰਦਾ ਅਜੀਤ ਭਾਜੀ ਕੀ ਗੱਲ ਹੋ ਗਈ? ਕਹਿੰਦਾ ਅਜੀਤ ਭਾਜੀ ਕੀ ਇਹ ਚੱਕੀ ਵਾਲੇ ਹੈਗੇ ਆ, ਉਹਨਾਂ ਦੇ ਬੇਟੇ ਨੂੰ ਰੋਕਿਆ। ਮਤਲਬ ਕੋਈ ਵੀ ਕਿਸੇ ਨੂੰ ਆਪਾਂ ਐਵੇਂ ਨਹੀਂ ਕਹਿਦਾ ਕੱਲ੍ਹ ਨੂੰ ਉਧਾਰ ਬਣਾਉਣਾ ਕੋਈ ਕਹੇ ਵੀ ਭਾਜੀ। ਮੇਰਾ ਨਾਮ ਰਣਜੀਤ ਸਿੰਘ ਬੱਗਾ, ਮੇਰਾ ਜੂਲਰੀ ਸ਼ੋਪ ਆ ਜੀ। ਹਾਂਜੀ ਬਿਲਕੁਲ ਬਿਲਕੁਲ ਜੀ, ਆਪਣੀ ਜਾਨ ਹਵਾਜ਼ਾ ਤੇ ਕੀਤਾ। ਮੈਂ 5 ਚਲਾਈਆਂ ਜੀ। 5 ਗੋਲੀਆਂ ਤੋਂ ਪਹਿਲੀ ਮੇਰੀ ਖਾਲੀ ਗਈ ਹੈ, ਪਹਿਲੀ ਮੈਂ ਮਤਲਬ ਪਹਿਲੀ ਖਾਲੀ ਰੱਖੀ। ਜਿੱਦਾਂ ਮੈਨੂੰ ਜਦੋਂ ਸਿਖਲਾਈ ਲਈ, ਉਹਨਾਂ ਨੂੰ ਸਮਝਾਇਆ ਕਿ ਪਹਿਲੀ ਖਾਲੀ ਰੱਖੀ ਤੀ, ਕੋਈ ਵੈਪਨ ਫੜ ਲੈ ਤੇ ਨਹੀਂ ਚਲਾਈ ਤੀ। ਮੈਂ ਪਹਿਲੀ ਖਾਲੀ ਰੱਖੀ, ਮੈਂ 5 ਚਲਾਈਆਂ। ਤਾਂ ਮੇਰੇ ਹਿਸਾਬ ਨਾਲ ਜਿੰਨੀਆਂ ਇਹਨੂੰ ਲੱਗੀਆਂ, ਉਹ ਤੋਂ ਇਲਾਵਾ ਇੱਕ ਅੱਧੀ ਭਾਵੇਂ ਇੱਕ ਲੱਗੀ ਅੱਧੀ ਲੱਗੀ, ਉਹਨੂੰ ਲੱਗੀ ਜ਼ਰੂਰ। ਇਲਾਕਾ ਅਫਸਰ ਪਹੁੰਚੇ ਨੇ, ਕੀ ਆਸ਼ਵਾਸਨ ਦਿਵਾਇਆ ਉਹਨਾਂ ਨੂੰ? ਵੇਖੋ ਜੀ, ਮੈਂ ਤਾਂ ਇੱਥੇ ਆ ਕੇ ਮੈਂ ਬੜੇ ਫੋਨ ਕੀਤੇ ਜੀ, ਕਿਸੇ ਨੂੰ ਗਲੀਆਂ ਲੋਕਾਂ ਨੂੰ ਸੜਕਾਂ 'ਤੇ ਰੋਕਿਆ, ਕੋਈ ਨਹੀਂ ਰੁਕਿਆ। ਅਫਸਰ ਸਾਹਿਬ ਪਹੁੰਚੇ ਆ, ਚਲੋ ਅੱਧਾ ਘੰਟਾ ਘੰਟਾ ਲੇਟ ਪਹੁੰਚੇ, ਮੈਂ ਨਹੀਂ ਕਿਸੇ ਨੂੰ ਮਾੜਾ ਕਹਿੰਦਾ। ਤਾਂ ਭਾਵੇਂ ਮੈਂ ਕਹਿੰਦਾ ਕਿ ਮੈਨੂੰ ਆਪਣਾ ਮੇਰਾ ਵੈਪਨ ਦਿੱਤਾ ਜਾਏ ਨਾ, ਮੈਂ ਤਾਂ ਤੱਲੇ ਕੱਢਦਾ ਰਿਹਾ ਜੀ। ਮੈਨੂੰ ਹੁਣ ਘਟਨਾ ਜੀ ਲਗਭਗ 1.5 ਘੰਟਾ ਪਹਿਲਾਂ, 1.5 ਘੰਟਾ ਮਤਲਬ ਅੱਧਾ 1.5 ਘੰਟਾ ਇਲਾਕਾ ਅਫਸਰ ਨੂੰ ਤੁਹਾਡਾ ਵੈਪਨ ਜਿਹੜਾ ਉਹ ਲਿਆ ਗਿਆ ਵਾ? ਹਾਂਜੀ, ਇਹਨਾਂ ਲੈ ਲਿਆ ਜੀ ਮੇਰੇ ਤੋਂ 5 ਗੋਲੀਆਂ, 5 ਰੌਂਦ ਸੀ ਮੇਰੇ ਕੋਲ, ਹੋਰ ਕੋਈ ਰੌਂਦ ਨਹੀਂ ਸੀ ਮੇਰੇ ਕੋਲ। ਤੁਸੀਂ ਆਪਣਾ ਲਾਇਸੈਂਸ ਵਗੈਰਾ ਚੈੱਕ ਕਰਾਤਾ ਇਹਨਾਂ ਨੂੰ? ਹਾਂਜੀ, ਮੇਰਾ ਲਾਇਸੈਂਸ ਮੈਂ ਇਹਨਾਂ ਨੂੰ ਵਿਖਾਉਣਾ ਵਾ, ਹੁਣੇ ਵੇਖ ਲੈਂਦੇ ਕੋਈ ਗੱਲ ਨਹੀਂ। ਅਸੀਂ ਕਿਸੇ ਨੂੰ ਅਸੀਂ ਬਦਮਾਸ਼ ਥੋੜ੍ਹੀ ਕਿਸੇ ਨੂੰ ਐਂ ਲੜਦੇ ਫਿਰੀਏ ਲੋਕਾਂ ਨਾਲ, ਅਸੀਂ ਦੁਕਾਨਦਾਰ ਛੱਡ ਨਹੀਂ ਸਕਦੇ ਆਪਾਂ, ਅਸੀਂ ਦੁਕਾਨਦਾਰ ਬੰਦੇ, ਦੁਕਾਨ ਦੇ ਛੱਡਦੇ ਆ ਤੇ ਰੁਟੀਨ ਸਾਡੀ ਮਤਲਬ ਡੇਲੀ ਦੀ ਇਹੋ ਹੀ ਆ। ਮੇਰੀ ਜੂਲਰੀ ਸ਼ੋਪ ਆ ਜੀ, ਅਸੀਂ ਕਿਸੇ ਨਾਲ ਵਿਆਹ ਨਹੀਂ ਸਕਦੇ। ਮੇਰੇ ਕੋਲ 1.5 ਲੱਖ ਰੁਪਇਆ ਗੱਡੀ, ਸੋਨਾ ਮੇਰੇ ਕੋਲ ਗੋਲਡ ਪਿਆ ਹੈ ਮੇਰਾ ਦੁਕਾਨ 'ਤੇ, ਗਾਹਕਾਂ ਦਾ ਆਉਣਾ ਜਾਣਾ। ਸਾਡੇ ਕੋਲ 5-5 ਲੱਖ ਦਾ ਸਮਾਨ ਹੀ ਹੁੰਦਾ, 10-10 ਲੱਖ ਰੁਪਇਆ ਦਾ ਸਮਾਨ ਹੁੰਦਾ ਸਾਡੇ ਕੋਲ। ਮਹਾਰਾਜ ਸਾਡੇ ਕੋਲ ਕੋਈ ਜੋੜ ਲੱਗਣ ਵਾਸਤੇ 10 ਲੱਖ ਦਾ ਸੈੱਟ ਦੇ ਨਾ, ਅਸੀਂ 500 ਰੁਪਇਆ ਲੈਣਾ ਵਾ, ਅਸੀਂ 500 ਰੁਪਇਆ ਭਲੇ ਅਸੀਂ ਉਹ 10 ਲੱਖ ਰੁਪਇਆ ਥੋੜ੍ਹੀ ਮਿੱਟੀ ਕਰਾ ਦੇਣਾਗੇ। ਮਾਮਲਾ ਇਹ ਆ ਰਹੇ ਸੀਗੇ ਦੁਕਾਨ ਬੰਦ ਕਰਕੇ, ਔਰ ਕਹਿੰਦੇ ਆ ਕਿ ਅਸੀਂ ਬਾਥਰੂਮ ਕਰਨ ਵਾਸਤੇ ਇੱਥੇ ਰੁਕੇ ਹਾਂ, ਅਤੇ ਉਸੇ ਟਾਈਮ ਦੇ ਝਾੜੀਆਂ ਦੇ ਵਿੱਚੋਂ ਇਹ ਜਿਹੜੇ 2 ਮੁੰਡੇ ਆ ਨਿਕਲ ਆਏ ਆ, ਔਰ ਇਹਨਾਂ ਦੇ ਕੋਲੋਂ ਵੀ ਜਿਹੜੀ ਵੈਪਨ ਹੈ ਸੀ ਉਹਨਾਂ ਕੋਲ ਦੋਵਾਂ ਕੋਲ ਹੈਗੀ ਸੀਗੀ, ਅਤੇ ਇਹਨਾਂ ਨੇ ਉਸੇ ਟਾਈਮ ਦੇ ਉੱਤੇ ਸਾਨੂੰ ਫੋਨ ਕੀਤਾ ਵੀ ਮੇਰੇ ਕੋਲੋਂ ਆਇਆ ਕੰਮ ਹੋ ਗਿਆ ਵਾ, ਘਬਰਾ ਗਿਆ ਹੈ। ਫੋਨ ਕੀਤਾ ਅਤੇ ਅਸੀਂ ਜਿਸ ਤਰ੍ਹਾਂ ਹੀ ਬਿਸਤਰੇ 'ਚ ਬੈਠੇ ਸੀਗੇ ਉਸੇ ਹਾਲਾਤ ਦੇ ਵਿੱਚ ਅਸੀਂ ਆਣ ਕੇ ਇੱਥੇ ਪਹੁੰਚੇ ਗਏ ਹਾਂ। ਹੁਣ ਜੇ ਇਹਦੀ ਜਗ੍ਹਾ ਦੇ ਉੱਤੇ ਕੋਈ ਮਾੜਾ ਬੰਦਾ ਹੁੰਦਾ ਤਾਂ ਉਹ ਤਾਂ ਢੇਰੀ ਹੋ ਗਿਆ ਸੀਗਾ, ਜਾਂ ਇਹਨੇ ਵੀ ਢੇਰੀ ਹੋ ਜਾਣਾ ਸੀਗਾ ਉਹਦੇ ਕੋਲੋਂ, ਜੇ ਉਹਨਾਂ ਕੋਲੋਂ ਚੱਲ ਜਾਂਦਾ ਤਾਂ ਅੱਜ ਜਿੱਥੇ ਉਹ ਲਟੇਰੇ ਦੀ ਡੈੱਡ ਬੋਡੀ ਪਈ ਆ ਉੱਥੇ ਇਹਦੀ ਡੈੱਡ ਬੋਡੀ ਪਈ ਹੋਣੀ ਸੀਗੀ। ਮਾਲੀ ਨੁਕਸਾਨ ਵੱਖਰਾ ਹੋਣਾ ਸੀਗਾ, ਜਾਨੀ ਵੱਖਰਾ ਹੋਣਾ ਸੀਗਾ, ਇਹਦੇ ਛੋਟੇ ਛੋਟੇ ਬੱਚੇ, ਇਹ 2 ਜਣੇ ਦੱਸਦੇ ਆ ਜੀ। ਲੁੱਟ ਹੋਈ ਜਾਂ ਬਚਾ ਹੋ ਗਿਆ? ਨਹੀਂ, ਲੁੱਟ ਬਚਾ ਹੋ ਗਿਆ, ਇੱਕ ਭੱਜ ਗਿਆ ਜੀ।